ਹਾਂਜੀ ਗਾਇਸ, ਕਿਵੇਂ ਸਾਡੇ ਵਲੌਗ ਸਵਾਗਤ ਹੈ ਜੀ। ਆਪਾਂ ਚੱਲੇ ਹਾਂ ਯੂਨੀਵਰਸਿਟੀ ਪਟਿਆਲਾ। ਵਲੌਗ 'ਤੇ ਲਾਈਕ ਮੈਂ ਸ਼ੇਅਰ ਕਰ ਦਿਓ ਅਤੇ ਆਪਾਂ ਹੁਣ ਚੱਲੇ ਹਾਂ ਡਰਾਈਵਿੰਗ ਵਲੌਗ 'ਤੇ ਵੀ ਮਾੜਾ ਜਿਹਾ। ਮੈਂ ਟਰੈਵਲ ਕਰਿਆ ਜੀ, ਸਕੂਟਰੀ ਸਕਾਟੀ ਕੱਢਦੇ ਹਾਂ, ਕਾਰ ਸੱਚ ਕਾਰ ਕੱਢਦੇ ਹਾਂ, ਘਰ ਛੱਡੇ ਹੋਣਗੇ ਬੱਸ ਸਟੈਂਡ 'ਤੇ। ਚੱਲਦੇ ਹਾਂ, ਵਲੌਗ ਨੂੰ ਲਾਈਕ ਮੈਂ ਸ਼ੇਅਰ ਕਰ ਦਿਓ ਨਾਲ ਯੂਨੀਵਰਸਿਟੀ ਦਾ ਤੁਹਾਨੂੰ ਮਾਹੌਲ ਦਿਖਾਉਂਦੇ ਕਿਵੇਂ ਆ ਪੰਜਾਬੀ ਯੂਨੀਵਰਸਿਟੀ ਦਾ ਪਟਿਆਲੇ। ਲਓ ਜੀ, ਆਪਾਂ ਬੱਸ ਸਟੈਂਡ 'ਤੇ ਆ ਗਏ। ਪੂਰਾ ਮਾਹੌਲ ਬਣਿਆ ਬਠਿੰਡੇ ਬੱਸ ਸਟੈਂਡ 'ਤੇ, ਬੱਸ ਆਵੇ ਤਾਂ ਕੋਈ ਚੜ੍ਹਦੇ ਆ ਬਸ ਬੱਸ ਆਹ ਮੇਰੇ ਹਿਸਾਬ ਨਾਲ ਆਹ ਚੰਡੀਗੜ੍ਹ ਜਾਂਦੀ ਆ, ਪਟਿਆਲੇ ਲਾਹ ਜਾਂਦੇ ਹੋਏ ਦੇਖਦੇ ਹਾਂ ਕੀ ਬਣਦੇ। ਲੋਕ ਅੱਜ ਆਪਾਂ ਪਛਤੇ ਦਾ ਪਿਆ ਗਏ, ਨਵੀਂ ਬੱਸ ਆਈ 220 ਰੁਪਏ ਕਿਰਾਇਆ ਘੰਟਾ ਬੱਸ ਦਾ, ਜਾ ਕੇ ਅਸੀਂ ਤੁਹਾਨੂੰ ਪਟਿਆਲੇ ਮਿਲਦੇ ਹਾਂ। ਕੀ ਕਹੀ ਆਪਾਂ, ਬੱਸ ਤਾਂ ਬਹੁਤ ਮਿਲੀ ਜਾਂਦੀ, ਟੱਪ ਗਏ 100 ਕਿਲੋਮੀਟਰ ਪਿਆ ਪਟਿਆਲਾ, ਦੇਖਦੇ ਕੀ ਬਣਦੇ ਅੱਗੇ। ਲਓ ਜੀ, ਉਹਨਾਂ ਦਾ ਟਾਈਮ ਬਹੁਤ ਲੱਗੂ, 100 ਕਿਲੋਮੀਟਰ ਪਿਆ ਪਟਿਆਲੇ। ਧੁੱਪ ਵੀ ਆ ਗਈ ਵਧੀਆ ਅਰਕੇ। ਲਓ ਜੀ, ਆਪਾਂ ਪਹੁੰਚ ਗਏ ਬੱਸ ਸਟੈਂਡ 'ਤੇ। ਬੱਸ ਸਟੈਂਡ ਬਹੁਤ ਸਾਰਾ ਪਟਿਆਲੇ, ਦੇਖੋ ਜੀ ਜ਼ਿਆਦਾ ਵਾਸ਼ਰੂਮ ਵਗੈਰਾ ਇੱਥੇ ਮਿੰਨੀ ਬੱਸ ਲੈ ਕੇ ਪਟਿਆਲਾ ਜਾਂਦੀ ਯੂਨੀਵਰਸਿਟੀ। ਦੇਖੋ ਪਟਿਆਲੇ ਦਾ ਬੱਸ ਸਟੈਂਡ, ਗਾਈਜ਼ ਆਪਾਂ ਇੱਧਰ ਤਾਂ ਆ ਚੁੱਕੇ ਹਾਂ, ਮਿੰਨੀ ਬੱਸ ਦਾ ਇੰਤਜ਼ਾਰ, ਮਿੰਨੀ ਬੱਸ ਆਵੇ ਤਾਂ ਜਾਈਏ ਯੂਨੀਵਰਸਿਟੀ ਨੂੰ। ਟੈਂਪੂ ਟੂੰਪੂ ਵਾਲਾ ਕੰਮ ਜਿਹਾ ਔਖਾ ਹੀ ਲੱਗਦਾ, ਬੋਲੇ ਜਾਣੇ ਬਹਿ ਜਾਂਦੇ ਆ ਬੱਸ 'ਚ, ਚੱਲ ਵਧੀਆ ਦੇਖਦੇ ਹਾਂ ਜੀ ਕੋਈ ਆਉਂਦੀ ਮਿੰਨੀ ਬੱਸ 'ਤੇ ਚੱਲਦੇ। ਲਓ ਜੀ, ਆਪਾਂ ਬਹਿ ਗਏ ਮਿੰਨੀ ਬੱਸ 'ਚ, ਮੈਂ ਲੈ ਜਾਓ ਆਪਣੀ ਯੂਨੀਵਰਸਿਟੀ, ਦੇਖਦੇ ਕਿੰਨੇ ਕਿੰਨੇ ਤੁਰਦੇ ਜੇ ਪੱਗ ਚੁਣਾਉਂਦੇ ਦਿਖਾਉਣ। ਅੱਜ ਆਪਾਂ ਪਹੁੰਚ ਚੁੱਕੇ ਹਾਂ ਯੂਨੀਵਰਸਿਟੀ, ਤੁਹਾਨੂੰ ਦਿਖਾਉਣਾ ਯੂਨੀਵਰਸਿਟੀ ਦਾ ਫਰੰਟ। ਯੂਨੀਵਰਸਿਟੀ ਆਪਾਂ ਐਂਟਰ ਕਰਕੇ ਸਾਹਮਣੇ ਯੂਨੀਵਰਸਿਟੀ ਦਾ ਮੇਨ ਸਿੰਬਲ, ਪੂਰੀਆਂ ਰੌਣਕਾਂ ਲੱਗੀਆਂ ਪਈਆਂ ਉਹਦੇ 'ਤੇ ਹੀ। ਅੰਦਰ ਜਾ ਕੇ ਬਸ ਆਪਾਂ ਆਪਣੇ ਬਲੋਕ 'ਚ ਜਾਂਦੇ ਹਾਂ, ਉੱਥੇ ਗੱਲਬਾਤ ਕਰਨੀ ਹੈ ਜਿਹੜੀ 4-5 ਗੱਲਾਂ, ਫਿਰ ਦੇਖਦੇ ਅੰਦਰ ਜਾ ਕੇ। ਚੈੱਕ ਕਰੋ ਮਾੜਾ ਜਿਹਾ ਤੁਸੀਂ ਆਪਣਾ ਉੱਧਰ ਆ ਬਲੋਕ, ਚੱਲਦੇ ਹਾਂ ਬਸ, ਸ਼ੁਰੂ ਗੱਲਬਾਤ ਬਣੀ ਪਈ ਹੈ ਜੀ। ਕਦੇ ਬਰੀਫ 'ਚ ਤੁਹਾਨੂੰ ਸਪੈਸ਼ਲ ਦਿਖਾਵਾਂਗੇ, ਹਾਲ ਟਾਈਮ ਇੰਨਾ ਹੈ ਨਹੀਂ ਮੇਰੇ ਕੋਲ, ਇੱਕ ਵਾਰ ਮੈਂ ਕੰਮ ਨਿਬੇੜ ਕੇ ਆਈਏ ਆ ਬੈ ਆਪਣੇ। ਅੱਜ ਉਹੀ ਕੰਮ ਹੋ ਗਿਆ ਜੀ, ਤਾਂ ਮੈਂ ਡਰਦਾ ਸੀ ਲੰਚ ਟਾਈਮ ਹੋ ਗਿਆ, ਖੜ ਜਾਓ ਹੁਣ ਫਿਰ ਘੰਟਾ ਘੰਟਾ ਖੜਨਾ ਪਊ, ਉਹਨਾਂ ਜੇ ਖਾਣੇ ਪੀਣੇ ਕੰਟੀਨ 'ਤੇ ਚੱਲਦੇ ਹਾਂ, ਦਿਖਾਉਣਾ ਤੁਹਾਨੂੰ ਕੰਟੀਨ ਕੋਲ ਪੂਰਾ ਕਿਹਾ ਜਾ ਬਣਾਉਣਾ ਯੂਨੀਵਰਸਿਟੀ 'ਚ। ਆਪਣਾ ਸਾਰਾ ਕੰਮ ਹੋ ਗਿਆ ਸੀ, ਆਪਾਂ ਐਂਟਰ ਕਰਨਾ ਜੇ ਵੈਫਲ ਟਰਾਈ, ਦੇਖਦੇ ਹਾਂ ਟਰਾਈ ਕਰਕੇ ਇਸ ਤਰ੍ਹਾਂ ਵੈਫਲ ਲੱਗੀਆਂ ਦਾ। ਹੁਣ ਆਪਣੇ ਸੈਂਡਵਿਚ ਵੀ ਆ ਗਿਆ, ਕਰਦੇ ਹਾਂ ਟਰਾਈ ਕਿਹਾ ਜਿਹਾ ਸੈਂਡਵਿਚ, ਦੇਖਣ ਜਿਹੜਾ ਘੰਟ ਲੱਗੀ ਜਾਂਦਾ। ਆਪਾਂ ਪਟਿਆਲਾ ਯੂਨੀਵਰਸਿਟੀ ਤੋਂ ਆ ਗਏ ਸੀ, ਖਾ ਪੀ ਕੇ ਵੀਡੀਓ ਦੇਖ ਲਈ ਹੋਣੀ ਸੀ, ਹੁਣ ਰੇਲਵੇ ਸਟੇਸ਼ਨ ਆ ਗਏ ਸੀ ਕਿਉਂਕਿ ਬੱਸ ਹਰ ਥੁੱਕ ਗਏ, ਰੇਲਵੇ ਸਟੇਸ਼ਨ ਗੱਡੀ ਗੁੱਡੀ ਦੇਖਦੇ ਹਾਂ ਬੁੱਕ ਹੈਗੀ ਆਪਾਂ, ਪਰ ਇੱਥੇ ਸਟੇਅ ਕਰ ਲੈਂਦੇ ਫਿਰ ਬੜਾ ਟਾਈਮ ਲੱਗਣਾ ਨਹੀਂ, 7 ਵਜੇ ਦੀ ਟ੍ਰੇਨ ਆਪਣੀ ਅੱਛੀ ਪੈ ਗਿਆ। ਮੈਂ ਚੱਲਦੇ ਅੰਦਰ ਹੁਣ ਅਸੀਂ ਰੇਲਵੇ ਸਟੇਸ਼ਨ ਪਟਿਆਲੇ ਤੋਂ ਵੀ, ਆਪਾਂ ਨੂੰ ਮੀਟਿੰਗ ਹੋਊਗੀ, ਚਾਬੀ ਤਾਂ ਮਿਲ ਗਈ, ਬਸ ਜਾਂਦੇ ਹਾਂ ਅੰਦਰ। ਵੇਟਿੰਗ ਰੂਮ ਆ, ਠੀਕ ਆ, ਬੜਾ ਸਾਫ ਨਹੀਂ ਦੇ ਸਕਦੇ, ਹਲਕੇ ਹੁਲਕੇ ਨਾਲ ਉਹਦੇ 'ਤੇ ਲਾਈਟ ਸਿਸਟਮ ਇੱਧਰ ਥੋੜ੍ਹਾ ਜਿਹਾ ਪੈ ਜਾਂਦਾ।
ਹਾਂਜੀ, ਇਹ ਆਪਣਾ ਵੇਟਿੰਗ ਰੂਮ ਆ। ਹਾਲੇ ਟ੍ਰੇਨ ਦਾ ਆਉਣ ਦੇ ਟਾਈਮ ਆ, ਉਹਨਾਂ ਦੇ ਬੈਠੇ ਆ, ਘੰਟਾ ਕੁ ਵੇਟ ਕਰਨੀ ਪਊਗੀ। ਹੋਰ 7 ਵਜੇ ਹੋ ਗਿਆ ਟ੍ਰੇਨ, ਫਿਰ ਦੇਖਦੇ ਕੀ ਵੱਧਦਾ ਜੀ। ਸਾਡਾ ਥੱਕ ਗਏ ਬਸ, ਬੈਟਰੀ ਲੋਅ ਫੋਨ ਦੀ। ਅੱਗੇ ਮਿਲਦੇ ਤੁਹਾਨੂੰ। ਲਓ ਜੀ, ਸਟੇਸ਼ਨ ਵਾਲੀ ਪਾਈਪ ਆਉਣ ਲੱਗ ਗਈਆਂ। ਪਹਿਲਾਂ ਤਾਂ ਸੁੰਨ ਸੁਣਾ ਜੀ ਹੋਇਆ ਪਿਆ ਸੀ, ਪਾਣੀ ਵੀ ਬਹੁਤ ਫੜਦੇ ਹਾਂ, ਦੇਖਦੇ ਕੀ ਬਣਦਾ ਅੱਗੇ। ਲਓ ਜੀ, ਮੈਂ ਕਿਹਾ ਇੱਕ ਕੱਪ ਚਾਹ ਦਾ ਪੀ ਲਈਏ। ਟ੍ਰੇਨ ਤਾਂ ਆਉਣ ਵਾਲੀ ਆ, ਟ੍ਰੇਨ ਨੰਬਰ ਆ ਗਿਆ ਆਪਣੇ 21 ਡੱਬਾ ਆਪਣਾ 14-8। ਦੇਖਦੇ ਹਾਂ ਆ ਜਾਏ ਬਸ, ਫਿਰ ਚੜ੍ਹਦੇ ਹਾਂ ਟ੍ਰੇਨ 'ਚ। ਇੱਕ ਕੱਪ ਚਾਹ ਦਾ ਚਿਪਸਾਂ ਚੁਪਸਾਂ ਚੱਕਣੇ ਆ, ਟ੍ਰੇਨ 'ਚ ਕੁਛ ਨਹੀਂ ਮਿਲਦਾ ਖਾਣ ਨੂੰ। ਫੁੱਲ ਕੰਮ ਲੋੜ ਆ, ਉਸ ਟ੍ਰੇਨ ਆਉਣ ਦਾ ਇੰਤਜ਼ਾਰ ਆ। ਲਓ ਜੀ, ਆਪਣੀ ਟ੍ਰੇਨ ਆ ਚੁੱਕੀ ਆ, 21 ਕੋਚ। ਹਾਂਜੀ, ਆਪਾਂ ਟ੍ਰੇਨ 'ਚ ਪੈ ਗਏ ਸੀ, ਸਾਰੇ ਡਿਸਟਰਬ ਨਹੀਂ ਕਰਨਾ, ਜਿਸ ਕਰਕੇ ਆਪਾਂ ਵੋਇਸ ਓਵਰ ਕਰਤਾ। ਟ੍ਰੇਨ ਬਹੁਤ ਵਧੀਆ ਸੀ, ਪੂਰੀ ਭਰੀ ਹੋਈ ਸੀ, ਪਿੱਛੋਂ ਹਰਿਦੁਆਰ ਤੋਂ ਆਈ ਸੀ ਇਹ, ਪੂਰੀ ਗੱਲਬਾਤ ਹੋਈ ਪਈ ਸੀ। ਹੁਣ ਆਪਾਂ ਵੀ ਫੋਨ ਚਲਾਉਂਦੇ ਹਾਂ, ਬਹਿ ਕੇ ਵਿੱਚ ਫੋਨ ਦੀ ਬੈਟਰੀ ਲੋ ਹੋ ਗਈ, ਬਠਿੰਡਾ ਮੇਰੇ ਹਿਸਾਬ ਨਾਲ ਆ ਗਿਆ। ਇੰਨਾ ਮੈਂ ਰਿਕਾਰਡ ਨਹੀਂ ਕੀਤਾ, ਹੁਣ ਤੁਸੀਂ ਅੱਗੇ ਦੇਖ ਲਓ ਆਪੇ ਵਲੌਗ 'ਚ। ਬਠਿੰਡੇ ਪਹੁੰਚ ਗਏ, ਬਸ ਪਲੈਟਫੋਰਮ 'ਤੇ ਆਉਣੀ ਟ੍ਰੇਨ। ਬਠਿੰਡੇ ਆ ਗਏ ਆਪਾਂ, ਬਠਿੰਡੇ ਦੇ ਫਿਲੇ ਹੀ ਅੱਡਾ ਅਗਲੇ ਵਲੌਗ ਬਲੌਗ ਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਓ, ਅਤੇ ਹੋਰ ਵੀ ਬਲੌਗ ਆਉਂਦੇ। ਦੁਨੀਆਦਾਰੀ ਚੋਂ ਜੋ ਤਰਾਸ਼ ਬਣਦੇ, ਆਪਣੇ ਤੇ ਰੱਖ ਵਿਸ਼ਵਾਸ ਬਣਦੇ, ਹੋਏ ਆਮ ਜਿਹੇ ਹੁੰਦੇ ਵੀ ਨੇ ਖਾਸ ਬਣਦੇ।